ਸੀ ਇਸ ਗੱਲ ਦੀ ਵੀ ਲੋਕਾਂ ਨੇ ਉਹਦੇ ਜਾਣ ਤੋਂ ਬਾਅਦ ਵੀ ਉਹਨੂੰ ਆਵਾਜ਼ ਨੂੰ ਉਹਨਾਂ ਤਾਂ ਨਹੀਂ ਉਸ ਤੋਂ ਵੀ ਜ਼ਿਆਦਾ ਪਿਆਰ ਦਿੱਤਾ ਕਿਉਂਕਿ ਗਾਣਾ ਰਿਲੀਜ਼ ਹੋਣ ਤੋਂ ਪਹਿਲਾਂ ਮੇਰੇ ਖਿਆਲ 2-2.5 ਲੱਖ ਬੰਦਾ ਔਨਲਾਈਨ ਵੇਖਿਆ ਸੀ ਇਸ ਗੱਲ ਦਾ। ਬਾਕੀ ਉਸ ਤੋਂ ਵੱਡੀ ਗੱਲ ਇਹ ਹੈ ਵੀ ਅੱਜ ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਦਿਹਾੜਾ ਔਰ ਇਹ ਉਸੇ ਦਿਨ 'ਤੇ ਰਿਲੀਜ਼ ਹੋਇਆ ਤਾਂ ਹੋਰ ਵੀ ਵਧੀਆ ਗੱਲ ਹੈ। ਔਰ ਸਿੱਧੂ ਦਾ ਪਹਿਲਾ ਧਾਰਮਿਕ ਆਪਾਂ ਇਹਨੂੰ ਸੌਂਗ ਤਾਂ ਨਹੀਂ ਵਾਰ ਕਹਿ ਸਕਦੇ, ਸਾਡੀ ਵਾਰਾਂ ਜਿਸ ਤਰ੍ਹਾਂ ਗਾਈਆਂ ਜਾਂਦੀਆਂ ਤਾਂ ਉਮੀਦ ਤਾਂ ਸੀਗੀ ਵੀ ਇਹਨੇ ਬਹੁਤ ਵਧੀਆ ਚੱਲੂਗਾ, ਪਰ ਉਸ 'ਤੇ ਵੀ ਸਾਡੀ ਉਮੀਦ ਤੋਂ ਵੀ ਕਿਤੇ ਜਾਰੀ ਵਧੀਆ ਚੱਲੂ। ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ? ਸਰਕਾਰਾਂ ਨੂੰ ਤਾਲਾਂ ਵੀ ਦੇਈਏ ਨਹੀਂ, ਜਿੱਦਾਂ ਦੇ 5-6 ਮਹੀਨੇ ਹੋ ਗਏ ਜਿੱਦਾਂ ਦਾ ਬੱਚਾ ਗਿਆ ਖਾਈ ਲਿਆ ਜੀ, ਪਰ ਉਮੀਦ ਅਸੀਂ ਹਲੇ ਛੱਡੀ ਨਹੀਂ ਹੈ, ਹਲੇ ਵੀ ਕੋਸ਼ਿਸ਼ ਹੈ ਵੀ ਉਮੀਦਾਂ ਲੱਗੀਆਂ ਹੋਈਆਂ ਨੇ ਗੌਰਮੈਂਟ ਤੋਂ ਵੀ ਕੁਝ ਨਾ ਕੁਝ ਥੱਲੇ ਪਾਉਣ।